ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਅਮਲੇ ਦਾ ਭਾਂਡਾ ਉਸ ਸਮੇਂ ਫੁੱਟ ਗਿਆ ਜਦੋਂ ਅਮਲੇ 'ਚ ਸ਼ਾਮਲ ਮੁਲਾਜ਼ਮ ਸੰਗਰੂਰ ਦੇ ਇੱਕ ਹੋਟਲ ਵਿੱਚ ਗਲਤ ਕੰਮ ਕਰਦਾ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹੋਟਲ 'ਤੇ ਕੀਤੀ ਗਈ ਰੇਡ ਵਿੱਚ ਐਸਟੀਐਫ ਦਾ ਇੱਕ ਅਧਿਕਾਰੀ ਵੀ ਅੜਿੱਕੇ ਆਇਆ। ਪੁਲਿਸ ਨੇ ਫੜੇ ਗਏ 7 ਜੋੜਿਆਂ ਦੇ ਵਿੱਚੋਂ 4 ਨੂੰ ਮੁੱਢਲੀ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ, ਜਦਕਿ ਸੀਐਮ ਦਾ ਸੁਰੱਖਿਆ ਮੁਲਾਜ਼ਮ ਅਤੇ ਐਸਟੀਐਫ ਮੁਲਾਜ਼ਮ ਦੇ ਸਣੇ 3 ਜੋੜਿਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਹਾਂ, ਇਹਨਾਂ 'ਚ 2 ਮੁਲਾਜ਼ਮ ਹੈ ਵੈਰੀਫਾਈ 'ਤੇ, ਜਦੋਂ ਸਾਨੂੰ ਪਤਾ ਲੱਗਿਆ ਇੱਕ ਕੌਂਸਟੇਬਲ ਹੈ ਜਿਹੜਾ ਉਹ ਐਸਟੀਐਫ 'ਚ ਸੰਗਰੂਰ ਲੱਗਿਆ ਹੋਇਆ, ਔਰ ਦੂਸਰਾ ਜਿਹੜਾ ਮੁੰਡਾ ਉਹ ਸੀਐਮ ਸਕਿਉਰਟੀ 'ਚ ਹੈਗਾ। ਔਰ ਇਹਨਾਂ ਨੂੰ ਲਿਆ ਕੇ ਡੀਪਲੀ ਜਦੋਂ ਅਸੀਂ ਪੁੱਛਗਿੱਛ ਕੀਤੀ ਹੈ ਤਾਂ ਜਿਹੜੇ ਰੈਸਟੋਰੈਂਟ 4 ਜੋੜੇ ਬੈਠੇ ਸੀਗੇ ਉਹਨਾਂ ਦਾ ਕੋਈ ਸਾਨੂੰ ਫਾਲਟ ਨਹੀਂ ਲੱਗਿਆ। ਇਸ ਕਰਕੇ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਰਿਲੀਜ਼ ਕਰ ਰਹੇ ਹਾਂ ਔਰ ਉਹਨਾਂ ਨੂੰ ਹੈਂਡ ਓਵਰ ਕਰ ਰਹੇ ਹਾਂ। ਜਿਹੜੇ ਦੂਸਰੇ ਸਾਨੂੰ 3 ਜੋੜੇ ਰੂਮਸ 'ਚੋਂ ਮਿਲੇ ਹੈ ਉਹਨਾਂ ਦਾ ਫਾਲਟ ਹੈਗਾ, ਉਹਨਾਂ ਦੇ ਉੱਤੇ ਅਸੀਂ FIR ਲੌਜ ਕੀਤੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਜਿਸਮ ਫਰੋਸ਼ੀ ਦੇ ਇਸ ਧੰਦੇ ਬਾਰੇ ਹੋਟਲ ਮਾਲਕ ਦੇ ਖਿਲਾਫ਼ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ 'ਤੇ ਕਾਰਵਾਈ ਕਰਦਿਆਂ ਜੋੜਿਆਂ ਦੇ ਨਾਲ ਨਾਲ ਹੋਟਲ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਔਰ ਜਿਹੜਾ ਜ਼ਿਆਦਾ ਕਸੂਰ ਹੈ ਉਹਦੇ 'ਚ ਹੋਟਲ ਵਾਲੇ ਦੇ ਮਾਲਕ ਦਾ ਅਤੇ ਜਿਹੜਾ ਮੈਨੇਜਰ ਹੈ ਉਹਨਾਂ ਦਾ, ਕਿਉਂਕਿ ਉਹ ਇਹਨਾਂ ਭੋਲੇ ਭਾਲੇ ਬੱਚਿਆਂ ਨੂੰ ਸ਼ਾਇਦ ਜਿਹੜਾ ਸ਼ੈਲਟਰ ਦੇ ਕੇ ਗਲਤ ਰਾਹੀ ਤੋਰ ਰਹੇ ਆ ਇਹਨਾਂ ਦਾ। ਹਾਂ ਦੇਖੋ, ਪੈਸੇ ਤਾਂ ਲੈ ਹੀ ਰਹੇ ਆ ਇਹ, ਜੋ ਇਹਨਾਂ ਨੇ ਦੱਸਿਆ ਕਿ 1500 ਰੁਪਈਆ ਪਰ ਆਵਰਸ ਲੈਂਦੇ ਆ ਔਰ ਉਸ ਤੋਂ ਬਾਅਦ ਚੇਂਜ ਕਰ ਦਿੰਦੇ ਆ, ਔਰ ਇਹ ਇਲੀਗਲ ਮਤਲਬ ਕੰਮ ਕਰਕੇ ਜਿਹੜਾ ਆਮ ਬੱਚਿਆਂ ਨੂੰ ਮਾੜੇ ਰਸਤੇ ਤੋਰ ਰਹੇ ਆ। ਜ਼ਿਆਦਾ ਕਸੂਰਵਾਰ ਜਿਹੜੇ ਇਹ ਹੋਟਲ ਦਾ ਮਾਲਕ ਜਿਹੜਾ ਸੁਪਰ ਜਿਹੜਾ ਮੈਨੇਜਰ ਹੈ। ਖੈਰ, ਹੁਣ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦਾ ਰੋਪ ਕਹਿ ਲਵੋ ਜਾਂ ਫਿਰ ਪੁਲਿਸ ਦੀ ਵਰਦੀ ਦਾ, ਪਰ ਇੰਨਾ ਜ਼ਰੂਰ ਹੈ ਕਿ ਮੁੱਖ ਮੰਤਰੀ ਦੇ ਸੁਰੱਖਿਆ ਮੁਲਾਜ਼ਮ ਦੇ ਇਸ ਕਾਰੇ ਨੇ ਪੁਲਿਸ ਦੇ ਕਾਰਨਾਮਿਆਂ 'ਚ ਇੱਕ ਹੋਰ ਕਾਰਨਾਮਾ ਜੋੜ ਦਿੱਤਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।